ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਜੀ ਸਤਿ ਸ਼੍ਰੀ ਅਕਾਲ ਨੂੰ ਪਿਛਲੇ 24 ਘੰਟਿਆਂ 'ਚ ਦੇਸ਼ ਦੇ ਵਿੱਚ 7000 ਤੋਂ ਵੱਧ ਨਵੇਂ ਕੋਰੋਨਾ ਮਾਮਲੇ ਦਰਜ 25 ਲੋਕਾਂ ਦੀ ਮੌਤ ਪੰਜਾਬ ਦੇ ਵਿੱਚ 158 ਤੋਂ ਨਵੇਂ ਮਾਮਲੇ ਵੱਡੀ ਖਬਰ ਆ ਚੁੱਕਿਆ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਨਵੇਂ ਅੰਕੜਿਆਂ ਵਿੱਚ ਮੋੜਵਾਦਾ ਦੇਖਿਆ ਗਿਆ ਹੈ ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 7000 पा सती नवे ममले समनें एक सो उठ नवेस दर्ज कते गे पिछले चोवींट्या शनिवार देशभर करोनाचे दे, पंजतर सो ते नवे मामले सामने समने आय जे हां जिंना हा मरीजांची गिणती बहुत ज्या वाढ चुकी है भारत पिछे चौवी घंटेच करोनाचे कुल एक्टिव मा ममले प्ची सो अठत्ती दर्ज की नाही जिस ना एक्कटिव मावंजा हजार आठ सो बवंजा होईने पिछले चौवीस घंट्याजारे सो उनत लोक करोना मात पाय जि हुन ਕੁੱਲ 4 ਲੱਖ ਜਿਆਦਾ 4355 ਰਿਕਵਰੀਆਂ ਦਰਜ ਕੀਤੀਆਂ ਗਈਆਂ ਨੇ ਉੱਥੇ ਹੀ ਪਿਛਲੇ 24 ਘੰਟਿਆਂ 'ਚ ਕਰੋਨਾ ਨਾਲ ਭਾਰਤ ਦੇ ਵਿੱਚ ਪੱਤੀ ਮੋਤਾ ਹੋ ਚੁੱਕਿਆ ਨੇ ਜਿਆ 25 ਲੋਕ ਮਰ ਚੁੱਕੇ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ